ਨਵਜੋਤ ਸਿੰਘ ਹੈ ਜੀ। ਕੀ ਕਾਰਨ ਹੈ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ? ਸਾਨੂੰ ਡੀਏਪੀ ਖਾਦ ਨਹੀਂ ਮਿਲ ਰਹੀ। ਚਾਰ ਪਿੰਡਾਂ ਦੀ ਸਾਡੀ ਸਾਂਝੀ ਸੁਸਾਇਟੀ ਆ ਖੰਨੇ ਸਰਕਲ ਦੇ ਅੰਦਰ। ਸਾਡੀ ਸੁਸਾਇਟੀ ਨੂੰ ਇੱਕ ਵੀ ਗੱਡੀ ਨਹੀਂ ਮਿਲੀ, ਬਾਕੀ ਸੁਸਾਇਟੀਆਂ ਨੂੰ ਕਿਸੇ ਨੂੰ ਦੋ ਮਿਲ ਗਈਆਂ, ਕਿਸੇ ਨੂੰ ਤਿੰਨ ਮਿਲ ਗਈਆਂ। ਸਾਡੇ ਕੋਲ ਹਾਲੇ ਤੱਕ ਇੱਕ ਵੀ ਥੈਲਾ ਡੀਏਪੀ ਦਾ ਨਹੀਂ ਆਇਆ। ਸਾਰੇ ਚਾਰੇ ਪਿੰਡਾਂ ਦੇ ਲੋਕ ਅੱਜ ਅਸੀਂ ਆ ਕੇ ਇੱਥੇ ਬੈਠੇ ਹਾਂ। ਮੌਜੂਦਾ MLA ਦਾ ਪਿੰਡ ਵੀ ਸਹਿਪਰਾ ਇਸ ਸੁਸਾਇਟੀ ਦੇ ਅੰਡਰ ਆਉਂਦਾ। ਜੇ MLA ਦੇ ਪਿੰਡ ਦੀ ਸੁਸਾਇਟੀ ਦਾ ਇਹ ਹਾਲ ਆ, ਬਾਕੀਆਂ ਦੇ ਕੀ ਹਾਲ ਹੋਣਗੇ? ਕਿੰਨੀ ਦੇਰ ਤੋਂ ਨਹੀਂ ਮਿਲ ਰਹੀ ਹੈ? ਹੁਣ ਤੱਕ ਮਿਲੇ ਹੀ ਨਹੀਂ ਕੋਈ ਥੈਲਾ। ਲੋਕਾਂ ਨੇ ਬਿਜਾਈ ਵੀ ਕਰ ਲਈ, ਅਸੀਂ ਉੱਦਾਂ ਹੀ ਬੈਠੇ ਹਾਂ। ਕਹਿੰਦੇ ਕਿ ਸਾਨੂੰ ਅੱਜ ਕਹਿੰਦੇ ਇੱਕ ਗੱਡੀ ਲੈ ਲਓ, ਇੱਕ ਗੱਡੀ ਨਾਲ ਅਸੀਂ ਆਪਸ 'ਚ ਲੜ ਕੇ ਮਰਨਾ। ਕਿਸੇ ਨੂੰ ਦੋ ਦੋ ਥੈਲੇ, ਚਾਰ ਚਾਰ ਥੈਲੇ ਨਾਲ ਦੱਸੋ ਕੀ ਬਿਜਾਈ ਹੋ ਜੂਗੀ? ਪਹਿਲਾਂ ਹੀ ਸਾਡੀ ਦੇਖੋ, ਪਹਿਲਾਂ ਤਾਂ ਸਰਕਾਰ ਸਾਡਾ ਝੋਨਾ ਲੇਟ ਲਵਾਉਂਦੀ ਆ, ਮੁੜ ਕੇ ਸਾਨੂੰ ਟਾਈਮ ਸਿਰ DAP ਨਹੀਂ ਦਿੰਦੀ। ਫਿਰ ਅਸੀਂ ਬਿਜਾਈ ਜਾ ਕੇ ਦਸੰਬਰ 'ਚ ਕਰਾਂਗੇ। ਜੇ ਇੱਕ ਮੀਂਹ ਪੈ ਗਿਆ, ਸਾਡੀਆਂ ਤਾਂ ਵਰਤਾਂ ਜਿਹੜੀਆਂ ਹੋਣਗੀਆਂ ਉਹਨਾਂ ਨੇ ਦੁਬਾਰਾ ਜਾ ਕੇ ਦਸੰਬਰ 'ਚ ਵਰਤ ਆਉਣਾ ਨੇ। ਦਸੰਬਰ 'ਚ ਜਾ ਕੇ ਅਸੀਂ ਕਣਕ ਦੀ ਬਿਜਾਈ ਕਰਾਂਗੇ, ਸਾਨੂੰ ਐਂ ਦੱਸੋ। ਅਧਿਕਾਰੀਆਂ ਨੂੰ ਵੀ ਅਸੀਂ ਕੱਲ੍ਹ ਵੀ ਇੱਥੇ ਆ ਕੇ ਇਹਨਾਂ ਨੂੰ ਬੇਨਤੀ ਕਰਕੇ ਗਏ ਹਾਂ, ਕੱਲ੍ਹ ਰੈਕ ਲੱਗਿਆ ਸੀ, ਅੱਜ ਵੀ ਰੈਕ ਚੱਲ ਰਿਹਾ। ਇਹ ਸਾਨੂੰ ਕਹਿੰਦੇ ਕੱਲ੍ਹ ਵੀ ਗੱਡੀ ਭੇਜ ਰਹੇ ਹਾਂ, ਸਾਨੂੰ ਇਹਨਾਂ ਨੇ ਗੱਡੀ ਨਹੀਂ ਭੇਜੀ। ਅੱਜ ਇਹਨਾਂ ਕੋਲ ਆ ਕੇ ਧਰਨਾ ਲਾਇਆ, ਧਰਨਾ ਲਾਉਣ ਦੇ ਬਾਵਜੂਦ ਹੁਣ ਸਾਨੂੰ ਕਹਿੰਦੇ ਸਾਨੂੰ ਇੱਕ ਗੱਡੀ ਦੇ ਦਿੰਦੇ ਹਾਂ। ਹੁਣ ਅਸੀਂ 2000 ਥੈਲੇ ਦੀ ਡਿਮਾਂਡ ਆ ਸੁਸਾਇਟੀ ਦੀ, ਉੱਥੇ ਅਸੀਂ ਇੱਕ ਗੱਡੀ ਨਾਲ ਕੀ ਕਰਾਂਗੇ? ਦੂਜੀ ਗੱਲ, ਸਾਡੀ ਸੁਸਾਇਟੀ ਦੇ ਵਿੱਚ ਕੋਈ ਡਿਫਾਲਟਰ ਨਹੀਂ। ਇੱਕ ਨੰਬਰ 'ਤੇ ਖੰਨੇ ਹਲਕੇ ਦੇ ਵਿੱਚ ਸੁਸਾਇਟੀ ਚੱਲਦੀ ਆ, ਮਾਹੌਲ ਕੋਆਪਰੇਟਿਵ ਸੁਸਾਇਟੀ ਆ। ਨਹੀਂ ਅਸੀਂ ਬੈਠੇ ਹਾਂ, ਅਸੀਂ ਫਿਰ ਬਿਜਾਈ ਤਾਂ ਕਰਨੀ ਨਹੀਂ, ਹੁਣ ਅਸੀਂ ਬੈਠਾਂਗੇ ਫਿਰ। ਅਧਿਕਾਰੀ ਮੈਨੇਜਰ ਸਾਹਿਬ ਨੇ ਜਿਹੜਾ ਇੱਥੋਂ ਇਹਨਾਂ ਦਾ ਇੰਸਪੈਕਟਰ, ਉਹ ਤਾਂ ਭੱਜ ਗਿਆ। ਮੈਨੇਜਰ ਸਾਹਿਬ ਨਾਲ ਕਰੀਏ ਗੱਲ, ਉਹ ਕਹੀ ਮੈਂ ਹੱਲ ਕਰਦਾ। ਸਾਨੂੰ ਘੰਟਾ ਹੋ ਗਿਆ ਹੁਣ ਬੈਠੇ ਨੂੰ ਫਿਲਹਾਲ ਵੀ। ਦੇਖੋ ਅਸੀਂ ਪਬਲਿਕ ਨੂੰ ਤੰਗ ਨਹੀਂ ਕਰਨਾ ਚਾਹੁੰਦੇ, ਪਰ ਸਾਡੀ ਵੀ ਮਜਬੂਰੀ ਆ। ਨਹੀਂ ਉਹ ਅਸੀਂ ਉਹਨਾਂ ਨੂੰ ਕੱਢ ਰਹੇ ਹਾਂ, ਜਿਹਦੀ ਮਜਬੂਰੀ ਆ ਉਹਨੂੰ ਪ੍ਰੋਬਲਮ ਉਹਨੂੰ ਸਾਈਡ 'ਤੇ ਜੀ ਕੱਢ ਰਹੇ ਹਾਂ। ਸਾਡਾ ਕੋਈ ਮਨਸ਼ਾ ਨਹੀਂ ਵੀ ਅਸੀਂ ਕਿਸੇ ਨੂੰ ਪਰੇਸ਼ਾਨ ਕਰੀਏ, ਪਰ ਸਾਡਾ ਹੀ ਹੱਲ ਨਹੀਂ ਹੋ ਰਿਹਾ। ਇੰਦਰਪਾਲ ਸਿੰਘ ਜੀ, ਪਿੰਡ ਮਾਹੌਣ, ਸਾਡੀ ਪਿੰਡ ਦੀ ਸੁਸਾਇਟੀ ਹੈ ਚਾਰ ਪਿੰਡਾਂ ਦੀ। MLA ਦਾ ਪਿੰਡ ਵੀ ਉਸ ਪਿੰਡ ਪੈਂਦਾ, ਉਸੇ ਸੁਸਾਇਟੀ ਨੂੰ ਡਾਈ ਨਾ ਆਉਣ ਕਰਕੇ ਸਾਨੂੰ ਮਜਬੂਰੀ 'ਚ ਧਰਨਾ ਲਾਉਣਾ ਪਿਆ। ਕਿੰਨੇ ਦਿਨ ਹੋ ਗਏ ਤੁਹਾਨੂੰ ਜਿਹੜੀ ਡਾਈ ਨਹੀਂ ਮਿਲ ਰਹੀ? ਸਾਨੂੰ ਤਾਂ ਮਹੀਨਾ ਹੀ ਹੋ ਗਿਆ ਜੀ। ਜੇ ਡਾਈ ਨਹੀਂ ਮਿਲਦੀ ਤਾਂ ਤੁਹਾਡੀ ਜਿਹੜੀ ਫਸਲ ਬੀਜਣ ਨੂੰ? ਹਾਂ ਉਹ ਲੇਟ ਹੋ ਗਈ ਜੀ, 10 ਦਿਨ ਤਾਂ ਪਹਿਲਾਂ ਲੇਟ ਆ। ਹਾਂ 15 ਦਿਨ ਹੋਰ ਲੇਟ ਹੋ ਜਾਣੀ ਆ। ਹਾਂ ਮਿਲੇ ਜੀ ਅੰਦਰ ਮਾਰਕ ਫੈਡ ਅਧਿਕਾਰੀਆਂ ਨੂੰ। ਭਰੋਸਾ ਕਾਹਦਾ ਭਰੋਸਾ ਜੀ? ਡਾਈ ਦਾ ਰੈਕ ਲੱਗਿਆ ਹੋਇਆ ਸਾਰੇ ਪਿੰਡਾਂ ਨੂੰ, ਦਿੱਤਾ ਸਾਨੂੰ ਦਿੱਤਾ ਨਹੀਂ ਜੀ। ਸਾਨੂੰ ਕਹਿੰਦੇ ਜੀ ਆਊਗਾ ਦੇ ਦਾਂਗੇ, ਫਿਰ ਇਦੂ ਬਦਲਾ ਸੰਘਰਸ਼ ਕਰਾਂਗੇ ਜੀ। ਮੇਰਾ ਨਾਮ ਪਿੰਡ ਦਵਿੰਦਰ ਸਿੰਘ ਚੀਮਾ, ਪਿੰਡ ਮਾਹੌਣ। ਸੁਸਾਇਟੀ ਦੇ ਸਾਤੋਂ ਪੈਸੇ ਭਰਾਏ ਗਏ ਨੇ, ਸਾਨੂੰ ਖਾਦ ਦੇ ਨਹੀਂ ਰਹੇ, ਸਾਨੂੰ ਖਾਦ ਦੀ ਜ਼ਰੂਰਤ ਹੈ। ਸਾਡੇ ਚਾਰ ਪਿੰਡਾਂ ਦੀ ਸੁਸਾਇਟੀ ਹੈ, ਮਾਹੌਣ ਦੀ, ਰਾਮਗੜ੍ਹ ਦੀ ਅਤੇ ਸਾਪਰ ਦੀ, ਰਤਨੇੜੀ ਦੀ। ਸਾਡੇ ਤੋਂ ਪੈਸੇ ਭਰਾ ਲਏ 700 ਬੰਦੇ ਤੋਂ, ਸਾਨੂੰ ਖਾਦ ਦੇ ਨਹੀਂ ਰਹੇ। ਇਹ ITI ਪਿਛਲੇ 6 ਮਹੀਨੇ ਤੋਂ 300 ਥੈਲਾ ਖਾਦ ਹੈ, 700 ਬੰਦਾ ਖਾਦ ਦਾ ਥੈਲਾ ਲੈਣਾ ਚਾਹੁੰਦਾ ਵਾ, 2-3 ਹਜ਼ਾਰ ਥੈਲਾ ਖਾਦ ਦਾ ਲੱਗਣਾ ਸਾਡੇ ਉੱਤੇ। ਫਿਰ ਅਸੀਂ ਫਸਲ ਬੀਜਣੀ ਹੋਣੀ। ਫਸਲ ਸਾਰੇ ਨੁਕਸਾਨ ਨੇ, ਜ਼ਿਮੀਦਾਰ ਤਾਂ ਉਹੀ ਮਰਿਆ ਹੋਇਆ ਪਹਿਲਾਂ, ਫਿਰ ਹੋਰ ਕਰਜ਼ੇ 'ਚ ਮਰੂਗਾ। ਹਾਂ ਕਰਜ਼ੇ ਤਾਂ ਦਿੰਦਾ ਜ਼ਿਮੀਦਾਰ, ਇੱਥੇ ਜੀਰੀ ਵੀ ਘੱਟ ਨਿਕਲਿਆ, ਕਣਕ ਵੀ ਘੱਟ ਨਿਕਲੀ ਆ। ਜਾਮ ਕੇ ਲਾਇਆ ਵੀ ਸਾਡਾ, ਸਾਨੂੰ ਖਾਦ ਦਿੱਤਾ ਜਾਵੇ, ਅਸੀਂ ਪੈਸੇ ਭਰੇ ਨੇ। ਜੇ ਫਿਰ ਵੀ ਨਹੀਂ ਹੱਲ ਹੁੰਦਾ, ਫਿਰ ਨਹੀਂ ਹੁੰਦਾ ਹੱਲ, ਸਾਰੇ ਚਾਰੇ ਪਿੰਡ ਸਾਡੇ GT ਰੋਡ 'ਤੇ ਜਾਮ ਲਾਉਣਗੇ, ਧਰਨਾ ਲਾਵਾਂਗੇ, ਠੋਕ ਕੇ ਆਣ ਟਰੈਲੀਆਂ ਟਰੈਕਟਰ ਲਿਆ ਕੇ ਧਰਨੇ 'ਤੇ ਬੈਠਾਂਗੇ, ਵਿੱਚੇ ਬੁੜੀਆਂ ਬੰਦੇ ਲੈ ਕੇ ਆਵਾਂਗੇ, ਸਾਰੇ ਬੈਠਾਂਗੇ। ਧੰਨਵਾਦ ਜੀ।